ਦੋਸਤੋ ਕੀ ਹਾਲ ਹੈ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਤਾਂ ਦੋਸਤੋ ਤੁਹਾਨੂੰ ਅੱਜ ਦੱਸਾਂਗੇ ਕਿ ਜੇ ਤੁਹਾਡਾ SBI ਦੇ ਵਿੱਚ ਖਾਤਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਬੰਦੇ ਨੂੰ ਕਦੇ ਨਾ ਕਦੇ ਪੈਸੇ ਦੀ ਬਹੁਤ ਲੋੜ ਪੈਂਦੀ ਹੈ, ਤਾਂ ਇੱਕਦਮ ਪੈਸਾ ਮਿਲਣਾ ਬਹੁਤ ਹੀ ਔਖਾ ਹੁੰਦਾ ਹੈ। ਜੇ ਤੁਹਾਡਾ SBI ਦੇ ਵਿੱਚ ਖਾਤਾ ਹੈ ਤਾਂ ਦੋਸਤੋ ਤੁਹਾਨੂੰ 20 ਲੱਖ ਰੁਪਏ ਦਾ ਲੋਨ ਆ ਜਿਹੜਾ ਉਹ ਬਿਨਾਂ ਕਿਸੇ ਸ਼ਰਤ ਤੋਂ, ਠੀਕ ਹੈ ਜੀ, ਆਧਾਰ ਕਾਰਡ ਅਤੇ ਪੈਨ ਕਾਰਡ ਦੇ ਨਾਲ ਤੁਹਾਡੇ ਖਾਤੇ ਦੇ ਵਿੱਚ ਤੁਰੰਤ ਆ ਜਾਵੇਗਾ। ਜਿੰਨਾ ਤੁਸੀਂ ਲੈਣਾ ਚਾਹੁੰਦੇ ਹੋ, 1 ਲਓ, 5 ਲਓ, 10 ਲਓ, 20 ਲਓ, ਤੁਹਾਡੇ ਖਾਤੇ ਦੇ ਵਿੱਚ ਥੋੜ੍ਹੇ ਕੁ ਚਿਰਾਂ ਵਿੱਚ ਇਹ ਲੋਨ ਆ ਜਾਏਗਾ। ਬਸ ਤੁਸੀਂ ਕੁਛ ਇੰਸਟਰਕਸ਼ਨਾਂ ਫੋਲੋ ਕਰਨੀਆਂ ਨੇ ਜਿਹੜੀ ਕਿ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ। ਤਾਂ ਦੋਸਤੋ ਇਹ ਜਿਹੜਾ ਲੋਨ ਹੈ ਤੁਹਾਡੇ 15 ਮਿੰਟ ਦੇ ਵਿੱਚ ਹੀ ਆ ਜਾਏਗਾ, ਘਰ ਬੈਠੇ ਹੀ ਲੋਨ ਤੁਸੀਂ ਲੈ ਸਕਦੇ ਹੋ। ਕੀ ਤਕਨੀਕ ਅਪਣਾਉਣੀ ਹੈ ਤੁਸੀਂ, ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਬਸ ਸ਼ਰਤ ਇਹ ਹੈ ਕਿ ਇਹ SBI ਵੱਲੋਂ ਲੋਨ ਦਿੱਤਾ ਜਾ ਰਿਹਾ ਹੈ ਅਤੇ SBI ਦੇ ਵਿੱਚ ਤੁਹਾਡਾ ਖਾਤਾ ਹੋਣਾ ਜ਼ਰੂਰੀ ਹੈ। ਤਾਂ ਦੋਸਤੋ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਹੋ, ਨਿੱਕੀ ਜਿਹੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲ ਲੱਗਦੇ ਘੰਟੀ ਦੇ ਬਟਨ ਦਬਾ ਕੇ ਉਹ 'ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤਾਂ ਦੋਸਤੋ ਚੱਲਦੇ ਹਾਂ, SBI ਦੇ ਵਿੱਚ ਆਪਾਂ ਖਾਤਾ ਜੇ ਹੈ ਤਾਂ ਦੋਸਤੋ ਕਿਵੇਂ ਲੋਨ ਲੈ ਸਕਦੇ ਹਾਂ ਇਸਦੇ ਬਾਰੇ ਜਾਣਕਾਰੀ ਲੈਂਦੇ ਹਾਂ। ਹਾਂਜੀ ਦੋਸਤੋ, ਤੁਸੀਂ ਦੇਖ ਸਕਦੇ ਹੋ ਜੀ SBI ਦੇ ਵਿੱਚ, ਠੀਕ ਹੈ ਜੀ, SBI ਦੇ ਵਿੱਚ 20 ਲੱਖ ਰੁਪਏ ਤੱਕ ਦਾ ਪਰਸਨਲ ਲੋਨ ਦੇ ਰਿਹਾ ਹੈ। ਕੌਣ ਦੇ ਰਿਹਾ? SBI ਬੈਂਕ। ਬਸ ਸਿਰਫ SBI ਦੇ ਵਿੱਚ ਜੇ ਤੁਹਾਡਾ ਖਾਤਾ ਹੈ ਤਾਂ ਹੀ ਤੁਹਾਨੂੰ ਇਹ ਲੋਨ ਮਿਲੇਗਾ, ਠੀਕ ਹੈ ਜੀ, ਉਹ ਵੀ ਬਿਨਾਂ ਕਿਸੇ ਦਸਤਾਵੇਜ਼ਾਂ ਦੇ। SBI ਇੰਸਟੈਂਟ ਪਰਸਨਲ ਲੋਨ 2024 'ਤੇ ਤੁਰੰਤ ਅਪਲਾਈ ਤੁਸੀਂ ਕਰ ਸਕਦੇ ਹੋ। ਕੀ ਨਾਮ ਦਿੱਤਾ ਗਿਆ ਹੈ ਇਸਨੂੰ? SBI ਇੰਸਟੈਂਟ ਪਰਸਨਲ ਲੋਨ ਦਾ ਨਾਮ ਦਿੱਤਾ ਗਿਆ ਹੈ ਇਸ ਲੋਨ ਨੂੰ। ਤਾਂ ਇਸ ਲੋਨ ਦੀ ਗੱਲ ਕਰੀਏ, ਕੀ ਵਿਸ਼ੇਸ਼ਤਾ ਰਹਿਣ ਵਾਲੀ ਹੈ ਇਸ ਲੋਨ ਦੀ, ਤੁਹਾਨੂੰ ਦੱਸ ਦਈਏ ਕਿ ਸਟੇਟ ਬੈਂਕ ਆਫ ਇੰਡੀਆ SBI ਨੇ ਇੱਕ ਨਵੀਂ ਪਹਿਲ ਦੇ ਤੌਰ 'ਤੇ ਤੁਰੰਤ ਨਿੱਜੀ ਲੋਨ ਸਕੀਮ ਸ਼ੁਰੂ ਕੀਤੀ ਹੈ। ਇਹ ਸਕੀਮ ਗ੍ਰਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਜਲਦੀ ਅਤੇ ਆਸਾਨੀ ਦੇ ਨਾਲ ਲੋਨ ਪ੍ਰਾਪਤ ਕਰਨ ਦੀ ਸਹੂਲਤ ਦਿੰਦੀ ਹੈ। ਆਓ ਜਾਣਦੇ ਹਾਂ ਇਸ ਸਕੀਮ ਦੇ ਬਾਰੇ ਵਿਸਤਾਰ ਦੇ ਨਾਲ, ਜਿਹੜੀ ਕਿ ਇਹ ਸਕੀਮ ਹੈ ਆਸਾਨੀ ਦੇ ਨਾਲ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ। SBI ਦੀ ਇਹ ਸਕੀਮ ਜਿਹੜੀ ਲਾਂਚ ਕੀਤੀ SBI ਬੈਂਕ ਨੇ, ਇਹ ਲੋਨ ਦਿੰਦੀ ਹੈ, ਠੀਕ ਹੈ ਜੀ, ਇਸਦੇ ਬਾਰੇ ਵਿਸਤਾਰ ਦੇ ਨਾਲ ਆਪਾਂ ਜਾਣਦੇ ਹਾਂ। SBI ਇੰਸਟੈਂਟ ਪਰਸਨਲ ਲੋਨ ਕੀ ਹੈ, ਕਿਉਂਕਿ ਇਸਦਾ ਨਾਮ ਲੋਨ ਇਹ ਹੈ ਜੀ SBI ਇੰਸਟੈਂਟ ਪਰਸਨਲ ਲੋਨ, ਇਸਦੇ ਬਾਰੇ ਜਾਣਦੇ ਹਾਂ। ਇਹ ਕੀ ਹੈ? ਇਹ ਇੱਕ ਡਿਜੀਟਲ ਲੋਨ ਸਕੀਮ ਹੈ ਜੋ ਗ੍ਰਾਹਕਾਂ ਨੂੰ ਬੈਂਕ ਸ਼ਾਖਾ ਵਿੱਚ ਜਾਏ ਬਿਨਾਂ ਔਨਲਾਈਨ ਲੋਨ ਲੈਣ ਦੀ ਆਗਿਆ ਦਿੰਦੀ ਹੈ। ਯਾਨੀ ਕਿ ਡਿਜੀਟਲ ਲੋਨ ਹੈ ਦੋਸਤੋ, ਘਰ ਬੈਠੇ ਤੁਸੀਂ ਡਿਜੀਟਲ ਲੈ ਸਕਦੇ ਹੋ, ਠੀਕ ਹੈ ਜੀ, ਯਾਨੀ ਕਿਤੇ ਵੀ ਤੁਹਾਨੂੰ ਕੋਈ ਵੀ ਡਾਕੂਮੈਂਟ ਜਮ੍ਹਾਂ ਨਹੀਂ ਕਰਾਉਣਾ ਫਿਜ਼ੀਕਲ ਰੂਪ ਦੇ ਵਿੱਚ। ਇਸ ਯੋਜਨਾ ਦੇ ਤਹਿਤ ਤੁਸੀਂ ਸਿਰਫ 15 ਮਿੰਟਾਂ ਦੇ ਵਿੱਚ ਦੋਸਤੋ ਆਪਣੇ ਖਾਤੇ ਦੇ ਵਿੱਚ ਪੈਸੇ ਪ੍ਰਾਪਤ ਕਰ ਸਕਦੇ ਹੋ। ਤਾਂ ਦੋਸਤੋ ਤੁਸੀਂ ਦੇਖ ਲਿਆ, 15 ਮਿੰਟਾਂ ਦੇ ਵਿੱਚ ਤੁਸੀਂ ਇਹ ਜਿਹੜਾ ਲੋਨ ਹੈ ਤੁਸੀਂ ਆਪਣੇ ਖਾਤੇ ਦੇ ਵਿੱਚ ਲੈ ਸਕਦੇ ਹੋ। ਹੁਣ ਇਹਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ਇਸ ਦੀ ਗੱਲ ਕਰੀਏ ਦੋਸਤੋ, ਪਹਿਲੀ ਹੈ ਜੀ ਲੋਨ ਦੀ ਰਕਮ, ਤੁਹਾਡੇ ਮਹੀਨਾਵਾਰ ਤਨਖਾਹ ਦਾ 24 ਗੁਣਾ ਜਾਂ ਫਿਰ ਅਧਿਕਤਮ 20 ਲੱਖ ਰੁਪਏ ਜੋ ਵੀ ਘੱਟ ਹੈ। ਲੋਨ ਕਿੰਨਾ ਲੈ ਸਕਦੇ ਤੁਸੀਂ? ਜਾਂ ਤਾਂ ਜਿੰਨੀ ਤੁਹਾਡੀ ਤਨਖਾਹ ਹੈ ਮਹੀਨਾ, ਠੀਕ ਹੈ ਜੀ, ਉਹਦਾ 24 ਗੁਣਾ ਜਾਂ ਫਿਰ 20 ਲੱਖ ਰੁਪਇਆ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲੈ ਸਕਦੇ ਹੋ, ਠੀਕ ਹੈ ਜੀ। ਦੂਸਰਾ ਵਿਸ਼ੇਸ਼ਤੀ ਕੀ ਹੈ ਜੀ ਇਹਦੀ? ਇਹਦੀ ਜਿਹੜੀ ਅਦਾਇਗੀ ਹੈ, ਮੁੜ ਅਦਾਇਗੀ, ਯਾਨੀ ਕਿ ਤੁਸੀਂ ਭਰਨਾ ਕਿੰਨੇ ਚਿਰ ਬਾਅਦ ਹੈ, ਕਿੰਨੇ ਸਾਲਾਂ ਤੱਕ ਤੁਸੀਂ ਭਰਨਾ ਹੈ, ਪੂਰਾ ਕਰਨਾ ਹੈ ਲੋਨ, ਭਰ ਕੇ ਤੁਸੀਂ ਵਾਪਸ ਬੈਂਕ ਨੂੰ ਦੇ ਦੇਣਾ ਹੈ 6 ਮਹੀਨੇ ਘੱਟੋ ਘੱਟ, ਠੀਕ ਹੈ ਜੀ, 6 ਮਹੀਨੇ ਤਾਂ ਤੁਹਾਨੂੰ ਰੱਖਣਾ ਹੀ ਪਏਗਾ। ਉਸ ਤੋਂ ਅਤੇ 6 ਸਾਲ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹ ਵਿਆਜ ਬੈਂਕ ਜਿਹੜਾ ਲੋਨ ਦਿੰਦਾ ਕਿ ਤੁਸੀਂ 6 ਸਾਲ ਤੋਂ ਇਹ ਪਹਿਲਾਂ ਤੁਸੀਂ ਇਹ ਜਿਹੜਾ ਲੋਨ ਭਰ ਦੇਣਾ ਹੈ। ਤਾਂ ਦੋਸਤੋ ਤੀਸਰੀ ਵਿਸ਼ੇਸ਼ਤਾ ਕੀ ਹੈ ਜੀ ਇਹਨੂੰ? 11.15 ਤੋਂ ਲੈ ਕੇ 14.50 ਯਾਨੀ 14.5 ਰੁਪਈਏ ਪ੍ਰਤੀ ਸਾਲ ਦੇ ਹਿਸਾਬ ਨਾਲ ਇਹ ਵਿਆਜ ਲੱਗਦਾ ਹੈ, ਠੀਕ ਹੈ ਜੀ, ਪ੍ਰਤੀਸ਼ਤ ਹੈ ਜੀ 14.
14.5%। ਠੀਕ ਹੈ ਜੀ। ਅਤੇ ਚੌਥੀ ਵਿਸ਼ੇਸ਼ਤਾ ਕੀ, ਘੱਟੋ ਘੱਟ ਕਾਗਜ਼ੀ ਕਾਰਵਾਈ ਸਿਰਫ ਬੁਨਿਆਦੀ ਦਸਤਾਵੇਜ਼ਾਂ ਦੀ ਲੋੜ। ਹੁਣ ਇਹਦੇ ਵਿੱਚ ਤਾਂ ਕਾਗਜ਼ੀ ਕਾਰਵਾਈ ਤਾਂ ਹੋਏਗੀ ਨਹੀਂ ਕਿਉਂਕਿ ਦੋਸਤੋ ਔਨਲਾਈਨ ਹੈ, ਅਤੇ ਸਿਰਫ ਬੁਨਿਆਦੀ ਦਸਤਾਵੇਜ਼। ਬੁਨਿਆਦੀ ਦਸਤਾਵੇਜ਼ਾਂ ਦੀ ਲੋੜ ਕੀ ਕਹਿ ਸਕਦੇ ਆਪਾਂ, ਜਿਵੇਂ ਕਿ ਤੁਹਾਡਾ ਇੱਕ ਆਧਾਰ ਕਾਰਡ ਹੋ ਗਿਆ, ਠੀਕ ਹੈ ਜੀ, ਆਧਾਰ ਕਾਰਡ ਹੋ ਗਿਆ ਅਤੇ ਤੁਹਾਡਾ ਪੈਨ ਕਾਰਡ ਹੋ ਗਿਆ। ਇਹ ਪੈਨ ਕਾਰਡ, ਇਹ ਬੁਨਿਆਦੀ ਜਿਹੜੇ ਡਾਕੂਮੈਂਟ ਨੇ, ਇਹੀ ਤੁਸੀਂ ਨਾਲ ਲਾਉਣੇ ਆ। ਅੱਗੇ ਦੱਸ ਦਈਏ ਕਿ ਯੋਗਤਾ ਮਾਪਦੰਡ, ਇਸ ਲੋਨ ਦੇ ਲਈ ਅਰਜ਼ੀ ਦੇਣ ਦੇ ਲਈ ਤੁਹਾਨੂੰ ਹੇਠ ਲਿਖੇ ਮਾਪਦੰਡ ਪੂਰੇ ਕਰਨੇ ਹੋਣਗੇ। ਯਾਨੀ ਕਿ ਜੇ ਤੁਸੀਂ ਲੋਨ ਲੈਣਾ ਹੈ, ਠੀਕ ਹੈ ਜੀ, ਕੀ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ। ਇੱਕ, ਤੁਸੀਂ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਯਾਨੀ ਤੁਸੀਂ ਭਾਰਤੀ ਨਾਗਰਿਕ ਹੋਣਾ ਚਾਹੀਦਾ, ਇਹ ਤਾਂ ਪੱਕੀ ਗੱਲ ਹੈ, ਤੁਸੀਂ ਹੋਵੋਗੇ, ਠੀਕ ਹੈ ਜੀ। ਦੂਜਾ ਜੀ, ਐਸ ਬੀ ਆਈ ਦੇ ਵਿੱਚ ਖਾਤਾ ਹੋਣਾ ਚਾਹੀਦਾ, ਕਿਉਂਕਿ ਜੇ ਐਸ ਬੀ ਆਈ ਦਾ ਖਾਤਾ ਆਪਾਂ ਤਾਂ ਹੀ ਇਹ ਵੀਡੀਓ ਬਣਾਈ ਹੈ, ਅਤੇ ਤੁਸੀਂ ਵੀ ਤਾਂ ਹੀ ਦੇਖ ਰਹੇ ਹੋ, ਇਸ ਕਰਕੇ ਤੁਹਾਡਾ ਤਾਂ ਖਾਤਾ ਐਸ ਬੀ ਆਈ ਦੇ ਵਿੱਚ ਹੋਏਗਾ ਹੀ। ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੇ ਵਿੱਚ ਇੱਕ ਤਨਖਾਹਦਾਰ ਕਰਮਚਾਰੀ ਹੋਣਾ ਜ਼ਰੂਰੀ ਹੈ। ਜੇ ਤੁਸੀਂ, ਹੁਣ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਦੋਸਤੋ, ਜੇ ਤੁਸੀਂ, ਠੀਕ ਹੈ, ਪ੍ਰਾਈਵੇਟ ਦੇ ਵਿੱਚ ਜਾਂ ਫਿਰ ਸਰਕਾਰੀ ਖੇਤਰ ਦੇ ਵਿੱਚ ਨੌਕਰੀ ਕਰਦੇ ਹੋ, ਪ੍ਰਾਈਵੇਟ ਵੀ ਚੱਲੇਗੀ ਅਤੇ ਸਰਕਾਰੀ ਵੀ ਚੱਲੇਗੀ, ਠੀਕ ਹੈ ਜੀ। ਇਹ ਤੁਹਾਡੀ ਇਹ ਕੰਡੀਸ਼ਨ ਹੋਣੀ ਜ਼ਰੂਰੀ ਹੈ ਨੌਕਰੀ ਵਾਲੀ, ਠੀਕ ਹੈ ਜੀ। ਯਾਨੀ ਤਨਖਾਹ ਤੁਹਾਡੀ ਬੈਂਕ ਦੇ ਖਾਤੇ ਦੇ ਵਿੱਚ ਪੈਂਦੀ ਹੋਵੇ ਅਤੇ ਬੈਂਕ ਨੂੰ ਇਸਦਾ ਪਤਾ ਹੋਵੇ ਵੀ ਬੰਦੇ ਦੇ ਹਰ ਮਹੀਨੇ ਇਹ ਪੈਸੇ ਪੈ ਰਹੇ ਹਨ। ਅਤੇ ਚੌਥਾ ਕੀ ਹੈ ਜੀ, ਉਮਰ 21 ਤੋਂ 60 ਸਾਲ ਦੇ ਵਿਚਕਾਲੇ ਹੋਣੀ ਚਾਹੀਦੀ ਹੈ। 21 ਸਾਲ ਘੱਟੋ ਘੱਟ ਅਤੇ 60 ਸਾਲ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਇਹ ਲੋਨ ਲੈਣ ਦੇ ਲਈ। ਅਤੇ ਘੱਟੋ ਘੱਟ 15,000 ਰੁਪਏ ਮਹੀਨਾ ਤੁਸੀਂ ਕਮਾਉਂਦੇ ਹੋ, ਘੱਟੋ ਘੱਟ 15,000 ਰੁਪਏ ਹਰ ਮਹੀਨੇ ਤੁਹਾਡੀ ਤਨਖਾਹ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਪੈਂਦੀ ਹੋਵੇ। ਹੁਣ ਲੋਨ ਦੇ ਲਈ ਅਰਜ਼ੀ ਦੇਣ ਦੇ ਲਈ ਪ੍ਰਕਿਰਿਆ ਬਹੁਤ ਸਧਾਰਨ ਹੈ। ਐਸ ਬੀ ਆਈ ਦੀ ਅਧਿਕਾਰੀ ਵੈਬਸਾਈਟ 'ਤੇ ਤੁਸੀਂ ਜਾਣਾ ਹੈ, ਠੀਕ ਹੈ ਜੀ। ਪਰਸਨਲ ਲੋਨ ਇੱਕ ਵਿਕਲਪ ਹੋਏਗਾ, ਉਸ 'ਤੇ ਤੁਸੀਂ ਕਲਿੱਕ ਕਰਨਾ ਹੈ। ਐਸ ਬੀ ਆਈ ਇੰਸਟੈਂਟ ਪਰਸਨਲ ਲੋਨ 'ਤੇ ਤੁਸੀਂ ਫਿਰ ਕਲਿੱਕ ਕਰਨਾ ਹੈ, ਅਤੇ ਹੁਣ ਤੁਸੀਂ ਲਾਗੂ ਬਟਨ ਦਬਾਉਣਾ ਹੈ, ਯਾਨੀ ਕਿ ਸਬਮਿਟ ਬਟਨ ਦਬਾਉਣਾ ਹੈ, ਠੀਕ ਹੈ ਜੀ। ਫਿਰ ਜਿਹੜੇ ਲੋੜੀਂਦੇ ਦਸਤਾਵੇਜ਼ ਉਹਦੇ ਵਿੱਚ ਪੁੱਛੇ ਜਾਏਗੇ, ਨਾਮ ਪਤਾ ਵਗੈਰਾ ਸਾਰਾ ਕੁਛ, ਠੀਕ ਹੈ ਜੀ, ਅਤੇ ਆਧਾਰ ਕਾਰਡ ਅਤੇ ਪੈਨ ਕਾਰਡ ਜੋ ਪੁੱਛਿਆ ਜਾਏਗਾ ਤੁਸੀਂ ਉਹ ਅਪਲੋਡ ਕਰਨੇ ਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਓ ਟੀ ਪੀ ਦੁਆਰਾ ਆਪਣੀ ਪਛਾਣ ਦੀ ਪੁਸ਼ਟੀ ਕਰਨੀ ਹੈ, ਯਾਨੀ ਕਿ ਫਿਰ ਉਹ ਇੱਕ ਓ ਟੀ ਪੀ ਹੋਏ ਆਏਗਾ ਤੁਹਾਡੇ ਕੋਲ ਵੀ ਤੁਸੀਂ ਹੀ ਲੋਨ ਅਪਲਾਈ ਕਰਾ ਰਹੇ ਹੋ, ਅਤੇ ਇਸ ਕਰਕੇ ਜਦੋਂ ਤੁਸੀਂ ਓ ਟੀ ਪੀ ਦਿਓਗੇ ਤਾਂ ਇਹ ਕਨਫਰਮ ਹੋ ਜਾਏਗਾ ਕਿ ਤੁਹਾਡੀ ਹੀ ਪਛਾਣ ਹੈ, ਯਾਨੀ ਤੁਸੀਂ ਹੀ ਇਹ ਲੋਨ ਅਪਲਾਈ ਕਰ ਰਹੇ ਹੋ। ਅਤੇ ਲੋਨ ਦੀ ਜਿਹੜੀ ਲੋਨ ਦੀ ਲੋੜੀਂਦੀ ਰਕਮ ਅਤੇ ਮਿਆਦ ਤੁਸੀਂ ਚੁਣਨੀ ਹੈ, ਯਾਨੀ ਕਿ ਜੇ ਤੁਸੀਂ 15 ਲੱਖ ਦਾ ਲੋਨ ਲੈਣਾ ਹੈ, ਕਿੰਨੇ ਚਿਰ ਵਾਸਤੇ ਲੈਣਾ ਹੈ, ਤੁਸੀਂ ਲੈਣਾ 5 ਸਾਲ ਵਾਸਤੇ, 5 ਸਾਲਾਂ ਵਿੱਚ ਮੈਂ ਭਰ ਦੂੰਗਾ, ਤਾਂ ਦੋਸਤੋ ਇਹ 7ਵਾਂ ਸਟੈਪ ਉਸ ਦੇ ਲਈ ਹੈ। ਲੋਨ ਦੀ ਲੋੜੀਂਦੀ ਰਕਮ ਜਿਹੜੀ ਚਾਹੀਦੀ ਹੈ ਅਤੇ ਮਿਆਦ ਤੁਸੀਂ ਚੁਣਨੀ ਹੈ, ਉਸ ਤੋਂ ਬਾਅਦ ਜਿਹੜਾ ਕੀ ਹੈ ਅਰਜ਼ੀ ਫਾਰਮ ਤੁਸੀਂ ਜਮ੍ਹਾਂ ਕਰਨਾ ਹੈ। ਅਤੇ ਇਸ ਤੋਂ ਬਾਅਦ ਦੋਸਤੋ ਐਸ ਬੀ ਆਈ 15 ਮਿੰਟ ਦੇ ਅੰਦਰ ਤੁਹਾਡੇ ਵੇਰਵਿਆਂ ਦੀ ਜਾਂਚ ਕਰੇਗਾ ਅਤੇ ਮਨਜ਼ੂਰਸ਼ੁਦਾ ਲੋਨ ਦੀ ਰਕਮ ਤੁਹਾਡੇ ਖਾਤੇ ਦੇ ਵਿੱਚ ਭੇਜ ਦੇਵੇਗਾ। ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ 15 ਮਿੰਟ ਦੇ ਵਿੱਚ ਹੀ ਦੋਸਤੋ ਜਿਹੜਾ ਤੁਸੀਂ ਬਾਇਓਡਾਟਾ ਜਮ੍ਹਾਂ ਕਰਾਓਗੇ ਸਾਰਾ ਕੁਛ, 15 ਮਿੰਟਾਂ ਦੇ ਅੰਦਰ ਹੀ ਉਹ ਵੇਰਵਿਆਂ ਦੀ ਜਾਂਚ ਕਰ ਲਵੇਗਾ ਐਸ ਬੀ ਆਈ ਬੈਂਕ ਔਨਲਾਈਨ, ਅਤੇ ਮਨਜ਼ੂਰਸ਼ੁਦਾ ਜਿਹੜਾ ਵੀ ਤੁਹਾਨੂੰ ਲੋਨ, ਜਿਵੇਂ ਤੁਸੀਂ 15 ਲੱਖ ਦਾ ਲੋਨ ਦੱਸਿਆ ਕਿ ਅਸੀਂ ਲੈਣਾ ਹੈ, ਠੀਕ ਹੈ ਜੀ, ਪਰ ਮਨਜ਼ੂਰਸ਼ੁਦਾ ਲੋਨ ਦੀ ਗੱਲ ਉਰੇ ਤਾਂ ਕੀ ਗਈ ਹੈ, ਜੇ ਇਹ ਬੈਂਕ ਕਹਿ ਰਿਹਾ ਵੀ ਤੁਹਾਨੂੰ ਅਸੀਂ ਸਿਰਫ 10 ਲੱਖ ਦਾ ਹੀ ਲੋਨ ਦੇ ਸਕਦੇ ਹਾਂ, ਜਿੰਨਾ ਵੀ ਹੋਇਆ ਉਹ ਤੁਹਾਡੇ ਖਾਤੇ ਦੇ ਵਿੱਚ ਉਹ ਪਾ ਦਿੱਤਾ ਜਾਵੇਗਾ। ਅੱਗੇ ਜੀ ਲਾਭ ਅਤੇ ਸਾਵਧਾਨੀਆਂ, ਇਸ ਸਕੀਮ ਦੇ ਕਈ ਫਾਇਦੇ ਹਨ। ਤੁਰੰਤ ਪ੍ਰੋਸੈਸਿੰਗ ਅਤੇ ਪੈਸੇ ਟ੍ਰਾਂਸਫਰ, ਜਿਹੜੇ ਕਿ ਗੱਲ ਆਪਾਂ ਆਖਰੀ ਕਿ 15 ਮਿੰਟਾਂ ਦੇ ਵਿੱਚ ਹੀ ਸਭ ਕੁਛ ਹੋ ਜਾਵੇਗਾ, ਠੀਕ ਹੈ ਜੀ। ਘੱਟੋ ਘੱਟ ਦਸਤਾਵੇਜ਼ਾਂ ਦੀ ਲੋੜ ਹੈ, ਕੋਈ ਜ਼ਿਆਦਾ ਦਸਤਾਵੇਜ਼ ਤੁਸੀਂ ਜਮ੍ਹਾਂ ਨਹੀਂ ਕਰਾਉਣੇ, ਸਿਰਫ ਤੁਹਾਡਾ ਇੱਕ ਜਿਹੜਾ ਬੈਂਕ ਦੀ ਕਾਪੀ ਹੈ ਉਹਦੀ ਸਟੇਟਮੈਂਟ ਹੋਏਗੀ ਕਿ 15,000 ਰੁਪਏ ਜਾਂ ਫਿਰ 20,000 ਰੁਪਏ ਜਿਹੜਾ ਤੁਸੀਂ ਹੈ ਹਰ ਮਹੀਨੇ ਕਮਾ ਰਹੇ ਹੋ, ਇਹਦੀ ਜਿਹੜੀ ਸਟੇਟਮੈਂਟ ਹੈ ਉਹ ਬੈਂਕ ਵੱਲੋਂ ਹੋਏਗੀ, ਠੀਕ ਹੈ ਜੀ। ਅਤੇ ਸ਼ਾਖਾ ਦੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਬੈਂਕ ਬ੍ਰਾਂਚ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਅਤੇ ਲਚਕਦਾਰ ਮੁੜ ਰਵਾਇਤੀ ਦੀ ਮਿਆਦ ਹੈ, ਯਾਨੀ ਕਿ ਤੁਸੀਂ ਆਰਾਮ ਦੇ ਨਾਲ
ਲਚਕਦਾਰ ਮੁੜ ਅਦਾਇਗੀ, ਮਤਲਬ ਕਿ ਤੁਸੀਂ 3 ਮਹੀਨਿਆਂ ਬਾਅਦ, 1 ਮਹੀਨੇ ਬਾਅਦ, 6 ਮਹੀਨੇ ਬਾਅਦ ਸਾਲਾਨਾ ਇਹ ਤੁਸੀਂ ਇਹਦਾ ਜਿਹੜਾ ਲੋਨ ਵਿਆਜ ਸਮੇਤ ਵਾਪਸ ਕਰ ਸਕਦੇ ਹੋ। ਹੁਣ ਕੁਝ ਗੱਲਾਂ ਦਾ ਆਪਾਂ ਧਿਆਨ ਰੱਖਣਾ, ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ, ਆਪਾਂ ਆਪਣੀ ਮੁੜ ਭੁਗਤਾਨ ਸਮਰੱਥਾ ਯਾਨੀ ਦਾ ਸਹੀ ਮੁਲਿਆਂਕ ਕਰਨਾ, ਯਾਨੀ ਕਿ ਜਿਹੜੀ ਮੈਂ ਦੁਬਾਰਾ ਤੋਂ ਪੈਸਾ ਮੋੜਨਾ ਹੈ, ਠੀਕ ਹੈ ਜੀ, ਉਹਦਾ ਸਹੀ ਦੇਖਣਾ ਕਿ ਮੈਂ ਕਿੰਨੇ ਚਿਰ ਦੇ ਵਿੱਚ ਇਹ ਪੈਸਾ ਮੋੜ ਸਕਦਾ ਹਾਂ, ਠੀਕ ਹੈ ਜੀ, ਇੰਨਾ ਵਿਆਜ ਲੱਗੇਗਾ, ਇੰਨੀ ਰਕਮ ਮੇਰੀ ਮੁੜੇਗੀ, ਅਤੇ 5 ਸਾਲਾਂ ਜਾਂ ਫਿਰ 6 ਸਾਲ ਦੇ ਵਿੱਚ ਜਾਂ ਫਿਰ 4 ਸਾਲ ਦੇ ਵਿੱਚ ਮੈਂ ਮੋੜ ਆਰਾਮ ਨਾਲ ਸਕਦਾ ਹਾਂ, ਠੀਕ ਹੈ ਜੀ। ਵਿਆਜ ਦਰਾਂ ਅਤੇ ਹੋਰ ਖਰਚਿਆਂ ਦੀ ਤੁਲਨਾ ਵੀ ਤੁਸੀਂ ਕਰ ਲਓ, ਜੇ ਤੁਹਾਨੂੰ ਇਹ ਮਹਿੰਗਾ ਲੱਗਦਾ ਤੁਸੀਂ ਨਾ ਲਓ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੈਸਾ ਜ਼ਰੂਰੀ ਹੈ ਅਤੇ ਜੇ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਮਹਿੰਗਾ ਫਿਰ ਵੀ ਤੁਹਾਨੂੰ ਚਾਹੀਦਾ, ਤੁਸੀਂ ਲੈ ਸਕਦੇ ਹੋ, ਠੀਕ ਹੈ ਜੀ, ਜਾਂ ਫਿਰ ਕਿਤੇ ਤੁਹਾਨੂੰ ਹੋਰ ਮਹਿੰਗਾ ਮਿਲਿਆ, ਉਰੇ ਸਸਤਾ ਮਿਲਿਆ, ਤੁਸੀਂ ਤਾਂ ਵੀ ਲੈ ਸਕਦੇ ਹੋ। ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਦੇ ਵਿੱਚ ਨਾਲ ਤੁਸੀਂ ਪੜ੍ਹਨਾ ਹੈ, ਜਿਹੜੇ ਕਿ ਉੱਤੇ ਨਿਯਮ ਅਤੇ ਸ਼ਰਤ ਦਿੱਤੇ ਨੇ ਉਹ ਤੁਸੀਂ ਧਿਆਨ ਨਾਲ ਪੜ੍ਹ ਲੈਣੇ ਆ, ਜੇ ਤੁਹਾਨੂੰ ਇਹ ਕਰਜ਼ਾ ਮਿਲਦਾ ਹੈ ਤਾਂ ਤੁਸੀਂ ਲੈ ਲੈਣਾ ਹੈ। SBI ਦੀ ਤਤਕਾਲ ਨਿੱਜੀ ਕਰਜ਼ਾ ਆਧੁਨਿਕ ਸਮੇਂ ਦੀਆਂ ਲੋੜਾਂ ਦੇ ਅਨੁਸਾਰ ਇੱਕ ਸੁਵਿਧਾਜਨਕ ਵਿੱਤੀ ਹੱਲ ਹੈ। ਇਹ ਵਿਸ਼ੇਸ਼ ਤੌਰ 'ਤੇ ਤਨਖਾਹਦਾਰ ਵਿਅਕਤੀਆਂ ਦੇ ਲਈ ਲਾਭਦਾਇਕ ਹੈ ਜੋ ਆਪਣੀ ਤੁਰੰਤ ਪੈਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਹਾਲਾਂਕਿ ਕਿਸੇ ਵੀ ਵਿੱਤੀ ਫੈਸਲੇ ਦੀ ਤਰ੍ਹਾਂ ਇਹ ਲੋਨ ਲੈਣ ਤੋਂ ਪਹਿਲਾਂ ਆਪਣੀ ਵਿੱਤੀ ਸਥਿਤੀ ਦਾ ਧਿਆਨ ਦੇ ਨਾਲ ਮੁਲਾਂਕਣ ਕਰਨਾ ਮਹੱਤਵਪੂਰਨ ਹੋਵੇਗਾ। ਯਾਨੀ ਕਿ ਜੇ ਤੁਸੀਂ ਲੋਨ ਲੈਣਾ ਹੈ, ਮੰਨ ਲਓ ਤੁਸੀਂ 10 ਲੱਖ ਦਾ ਲੋਨ ਲੈ ਲਿਆ ਅਤੇ 5 ਸਾਲ ਤੁਸੀਂ ਭਰਨਾ ਹੈ, ਠੀਕ ਹੈ ਜੀ, 5 ਸਾਲ ਦੀ ਤੁਸੀਂ ਮਿਆਦ ਚੁਣੀ ਹੈ, ਅਤੇ ਤੁਹਾਨੂੰ ਆਏ ਸਾਲ ਦੋਸਤੋ 2 ਲੱਖ ਰੁਪਈਆ ਜਿਹੜਾ ਉਹ ਜਮ੍ਹਾਂ ਕਰਾਉਣਾ ਹੀ ਕਰਾਉਣਾ ਪਏਗਾ ਵਿਆਜ ਦੇ ਸਮੇਤ। ਇਹ ਚੀਜ਼ਾਂ ਕੁਛ ਧਿਆਨ 'ਚ ਰੱਖਣੀ ਹੈ ਅਤੇ ਤੁਹਾਡਾ ਲੋਨ ਅਪਰੂਵਡ ਹੋ ਜਾਏਗਾ, ਅਤੇ ਉਸ ਤੋਂ ਬਾਅਦ ਤੁਸੀਂ ਇਹ ਲੋਨ ਲੈ ਕੇ ਤੁਸੀਂ ਆਪਣਾ ਕਾਰੋਬਾਰ ਚਲਾ ਸਕਦੇ ਹੋ, ਠੀਕ ਹੈ ਜੀ। ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗਾ, ਜੇ ਤੁਹਾਨੂੰ ਖਰਚਿਆਂ ਦੇ ਲਈ ਲੋਨ ਚਾਹੀਦਾ ਫਿਰ ਤਾਂ ਨਾ ਲਓ, ਜੇ ਤੁਹਾਨੂੰ ਕੋਈ ਤੁਸੀਂ ਬਿਜ਼ਨਸ ਸਟਾਰਟ ਕਰਨਾ ਤਾਂ ਹੀ ਤੁਸੀਂ ਲੋਨ ਲੈਣਾ ਹੈ, ਕਿਉਂਕਿ ਦੋਸਤੋ ਬਿਜ਼ਨਸ ਦੇ ਵਿੱਚ ਲਾਇਆ ਹੋਇਆ ਪੈਸਾ ਹੀ ਤੁਸੀਂ ਬਿਜ਼ਨਸ ਦੇ ਵਿੱਚ ਲਾਓਗੇ ਅਤੇ ਉੱਥੇ ਕਮਾਓਗੇ, ਅਤੇ ਫਿਰ ਤੁਸੀਂ ਲੋਨ ਆਪਣਾ ਉਤਾਰ ਸਕਦੇ ਹੋ। ਤਾਂ ਦੋਸਤੋ ਹੋਰ ਕੋਈ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ 'ਚ ਲਿਖ ਸਕਦੇ ਹੋ, ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ, ਠੀਕ ਹੈ ਜੀ। ਧੰਨਵਾਦ, ਮਿਲਦੇ ਹਾਂ ਨਵੀਂ ਅਪਡੇਟ ਲੈ ਕੇ।